ਇਹ ਤਾਂ ਹੈ ਕਿਉਂਕਿ ਆਮ ਆਦਮੀ ਪਾਰਟੀ ਵਾਲੇ ਆ ਗਏ, ਕਿਉਂਕਿ ਉਹ 70 ਚੋਂ 65 ਸੀਟਾਂ ਜਿੱਤਣ ਲੱਗ ਗਏ, ਕਿਉਂਕਿ ਉਹ 117 ਚੋਂ 92 ਸੀਟਾਂ ਜਿੱਤਣ ਲੱਗ ਗਏ। ਤਾਂ ਕਰਕੇ ਹੁਣ ਖਤਰਾ ਹੋ ਗਿਆ ਵੀ ਯਾਰ ਇਹ ਤਾਂ ਜਿੱਤਣ ਵੀ ਲੱਗ ਗਏ, ਸਰਕਾਰਾਂ ਵੀ ਬਣਾਉਣ ਲੱਗ ਗਏ ਅਤੇ ਸਰਕਾਰਾਂ ਚਲਾਉਣ ਵੀ ਲੱਗ ਗਏ, ਇਹਨਾਂ ਨੂੰ ਤਾਂ ਸਰਕਾਰਾਂ ਚਲਾਉਣੀਆਂ ਵੀ ਆਉਂਦੀਆਂ। ਇਹ ਤਾਂ ਕਰਕੇ ਵੀਰੋ ਤੁਹਾਡਾ ਤੁਹਾਡੀਆਂ ਮਿੰਨਤਾਂ ਕਰਦੇ ਆ, ਕਿਉਂਕਿ ਕੇਜਰੀਵਾਲ ਨੇ ਜਿਹੜੀ ਸੋਚ ਜਿਹੜਾ ਬੀਜ ਬੀਜਿਆ ਸੀ ਉਹ ਬੂਟਾ ਹੁਣ ਵੱਡਾ ਹੋ ਗਿਆ। ਪੰਜਾਬ ਅਤੇ ਹਰਿਆਣੇ 'ਚ ਤਾਂ ਹੁਣ ਹੈਗਾ ਹੀ ਹੈ, ਪੰਜਾਬ ਅਤੇ ਦਿੱਲੀ 'ਚ ਤਾਂ ਹੈਗਾ ਹੀ ਹੈ, ਹਰਿਆਣੇ 'ਚ ਬੀਜ ਲਓ, ਇਹ ਬੂਟੇ ਦੀ ਛਾਂ ਬੜੀ ਗਹਿਰੀ ਹੈ, ਬੜੀ ਘਣੀ ਛਾਂ ਹੈ ਅਤੇ ਬੜੇ ਵਧੀਆ ਫਲ ਲੱਗਦੇ ਆ, ਤਰੱਕੀ ਵਾਲੇ ਫਲ ਲੱਗਦੇ ਆ, ਇਮਾਨਦਾਰੀ ਵਾਲਾ ਬੂਟਾ ਇਹ, ਆਪਣੇ ਹਰਿਆਣੇ 'ਚ ਲਾ ਲਓ ਝਾੜੂ ਵਾਲਾ ਬਟਨ ਦੱਬ ਕੇ ਕਾਮਯਾਬ ਹੋ ਜਾਓ। ਇਹਨਾਂ ਦਾ ਯਕੀਨ ਨਾ ਕਰਿਓ ਬਾਕੀਆਂ 'ਤੇ, ਆ ਭਾਜਪਾ ਦੇਖ ਲਓ, ਇਹ ਕਹਿਣ ਸੀ ਡਬਲ ਇੰਜਣ, ਚਲੋ ਠੀਕ ਹੈ ਡਬਲ ਇੰਜਣ, ਬਿਜਲੀ ਇੰਜਣ ਹੀ ਬਦਲਤਾ, ਖੱਟਰ ਇੰਜਣ ਖਰਾਬ ਨਿਕਲਿਆ ਜਾਂ ਕੀ ਗੱਲ ਕੀ ਹੋ ਗਈ ਸੀ? ਹਰਿਆਣੇ ਵਾਲਿਓ, ਦੇਸ਼ ਨੂੰ ਡਬਲ ਇੰਜਣ ਨਹੀਂ, ਦੇਸ਼ ਨੂੰ ਨਵੇਂ ਇੰਜਣ ਦੀ ਲੋੜ ਹੈ, ਨਵੇਂ ਇੰਜਣ ਦੀ। ਲੋਕ ਇਹੀ ਕਹਿਣ ਸੀ ਬਸ ਸਾਡਾ ਖਹਿੜਾ ਛਡਾ ਦਿਓ, ਆਹ ਦੋਨਾਂ ਤੋਂ ਸਾਡਾ ਖਹਿੜਾ ਛਡਾ ਦਿਓ। ਉਹ ਮੈਂ ਕਿਹਾ ਜੀ 4-5 ਸਾਲ ਪਹਿਲਾਂ ਆਹੀ ਗੱਲ ਪੰਜਾਬ ਦੇ ਲੋਕ ਵੀ ਕਹਿੰਦੇ ਸੀ, ਉਹ ਸਾਡਾ ਅਕਾਲੀਆਂ ਅਤੇ ਇਹਨਾਂ ਅਕਾਲੀਆਂ ਅਤੇ ਕਾਂਗਰਸੀਆਂ ਤੋਂ ਖਹਿੜਾ ਛਡਾ ਦਿਓ, ਸਾਡੇ ਧੀਆਂ ਪੁੱਤਾਂ ਨੂੰ MLA ਇਲੈਕਸ਼ਨ ਲੜਨੀ ਨਹੀਂ ਆਉਂਦੀ ਜਾਂ ਕਾਗਜ਼ ਨਹੀਂ ਭਰਨੇ ਆਉਂਦੇ, ਜਾਂ ਸਾਡੇ ਕਾਗਜ਼ ਹੀ ਹੋਰ ਹੈ, ਫਿਰ ਉਹਨਾਂ ਦੇ ਕਾਗਜ਼ ਹੋਰ ਹੈ। ਇਹ ਮੈਂ ਪੰਜਾਬ ਦੇ ਵਿੱਚ ਵੀ ਕਹਿੰਦਾ ਸੀ, ਉਹ ਤਾਂ ਸੱਚ ਹੋ ਗਿਆ, ਮੇਰੇ 32 ਦੰਦ ਨੇ, ਅਤੇ ਅੱਜ ਮੈਂ ਡੱਬ ਵਾਲੀ ਦੇ ਵਿੱਚ ਕਹਿ ਕੇ ਚੱਲਿਆ। ਦੱਸ ਦਿਓ ਆ BJP ਵਾਲਿਆਂ ਨੂੰ, ਦੱਸ ਦਿਓ ਬਾਕੀਆਂ ਰਵਾਇਤੀ ਪਾਰਟੀਆਂ ਨੂੰ, ਉਹਨਾਂ ਦੇ ਧੀਆਂ ਪੁੱਤਾਂ ਨੂੰ ਦੱਸ ਦਿਓ ਕਿ ਆਪਣੇ ਬੋਰੀ ਬਿਸਤਰੇ ਗੋਲ ਕਰ ਲਓ, ਕਿਉਂਕਿ ਆਮ ਲੋਕਾਂ ਦੇ ਧੀਆਂ ਪੁੱਤ ਆ ਰਹੇ ਨੇ, ਆਮ ਲੋਕਾਂ ਦੇ। ਜੇ ਦੁੱਖ ਤਕਲੀਫਾਂ ਸਾਂਝੀਆਂ ਨੇ, ਮੁਸੀਬਤਾਂ ਸਾਂਝੀਆਂ ਨੇ, ਫਿਰ ਸਰਕਾਰਾਂ ਕਿਉਂ ਨਹੀਂ ਸਾਂਝੀਆਂ ਕਰਦੇ? ਆ ਜਾਓ ਫਿਰ, ਹੁਣ ਇੱਧਰਲੇ ਪਾਸੇ ਦਿੱਲੀ ਹੈ, ਇੱਧਰਲੇ ਪਾਸੇ ਪੰਜਾਬ ਹੈ, ਹਰਿਆਣਾ ਵਿਚਾਲੇ ਰਹਿ ਗਿਆ, ਇਹਨੂੰ ਵੀ ਆਪਾਂ ਆਮ ਆਦਮੀ ਪਾਰਟੀ ਦੇ ਰੰਗ 'ਚ ਰੰਗ ਲਈਏ। ਤਾਂ ਅਸੀਂ ਇੱਕ ਗਰੰਟੀ ਦੇ ਰਹੇ ਸੀ ਕਿ ਬਿਜਲੀ ਫ੍ਰੀ ਕਰ ਦਾਂਗੇ, ਵਿਰੋਧੀ ਪਾਰਟੀ ਵਾਲੇ ਕਹਿੰਦੇ ਐਂ ਕਿਵੇਂ ਕਰ ਦੇਣਗੇ, ਪੈਸੇ ਤਾਂ ਹੈ ਨਹੀਂ। ਅਸੀਂ ਉਹਨਾਂ ਨੂੰ ਦੱਸਿਆ ਨਹੀਂ ਹੈਗਾ ਵੀ ਪੈਸੇ ਕਿੱਥੋਂ ਆਉਣਗੇ, ਕਿਉਂਕਿ ਸਾਨੂੰ ਪਤਾ ਸੀ ਪੈਸੇ ਇਹਨਾਂ 'ਚੋਂ ਹੀ ਆਉਣਗੇ। ਉਹਨਾਂ ਦੀਆਂ ਜਾਂਚਾਂ ਕਰਾਈਆਂ, ਕਰੋੜਾਂ ਰੁਪਈਆਂ ਦੇ ਘਪਲੇ ਸਾਹਮਣੇ ਆਏ, ਉਹ ਪੈਸੇ ਨਿਕਲੇ ਆਏ, ਅਤੇ 90% ਘਰਾਂ ਨੂੰ ਪੰਜਾਬ ਦੇ ਵਿੱਚ ਬਿਜਲੀ ਬਿੱਲ ਜ਼ੀਰੋ ਆਉਂਦਾ। ਭਾਅ ਜੀ ਫੋਨ ਕਰਕੇ ਪਤਾ ਕਰ ਲਿਓ। ਅਰਵਿੰਦ ਕੇਜਰੀਵਾਲ ਸਾਹਿਬ ਨੇ ਜਦੋਂ ਪਾਰਟੀ ਬਣਾਈ ਸੀ ਤਾਂ ਇਹ ਕਿਹਾ ਸੀ, ਅਸੀਂ ਰਾਜਨੀਤੀ ਕਰਨ ਨਹੀਂ ਆਏ, ਅਸੀਂ ਇਹਨਾਂ ਨੂੰ ਰਾਜਨੀਤੀ ਸਿਖਾਉਣ ਆਏ ਹਾਂ।